السلام علیکم بھائی عبد الحمید. وعلیکم السلام. کی حال چال ہے؟ الحمدللہ ٹھیک ہو. ٹھیک ہے. اے شتوت دے درخت جی کس مقصد واسطے لگے نے؟ اے ریشم دے سب تو پہلا تے کیڑے پالے جاندے نے. اے سرکاری جنگل ہے؟ جی سرکاری جنگل ہے. اچھا ریشم دے پودے انہاں دا کی بڑا سوری شتوت دے جڑے اپنا درخت نے انہاں واسطے بیج سٹیا جاندا ہے یا ایندیاں کلماں لائیاں جاندیاں ہیں؟ جڑا ہوندا ہے جی لوکل دیسی پودا ہاں وہ لایا جاندا ہے سیڈ نال. سیڈ نال جی. تے جڑا نا دوسرا ہیبرڈ چائنا یا جاپان وہ کلم کٹ کے لائی جاندی ہے. اے جڑے پودے کھڑے نے جی اے دیسی نے یا ہائبرڈ نے؟ ہائبرڈ تے دیسی مکس نے. جڑا خودرو ہویا پرلا پودا وڈا وہ دیسی ہے. اے جڑا وہ سامنے اے جڑا سامنے وڈا پودا کھڑا ہے اے دیسی ہے؟ ہاں دیسی ہے. اے ہائبرڈ ہے؟ اے ہائبرڈ ہے. اے دیاں کلمہ لگدیاں نے؟ اے دیاں کلمہ لگدیاں نے. او خودرو ہے؟ او خودرو تے نال سیڈ ہوندے تو سیڈ کلیکشن کر کے نرسری لائی جاندی ہے. اچھا نرسری لائی جاندی ہے. نرسری تو بعد پھر پودا اوندا پودا لایا جاندا ہے تے ہائبرڈ دی کلم لائی جاندی ہے. نرسری کتنے ٹائم وچ تیار ہو جاندی ہے؟ نرسری ایک سال دی ہوندی ہے. سال دی ایک سال دی. اور اے پودا کتنی دیر جوان ہو جاندا ہے؟ پودا اچھی پرورش اچھا پانی مل جائے نا تے کوئی بیماری وغیرہ نہ اٹیک کرے تے سال تو ڈیڑھ سال لگ جاندا اچھا پودا. اے جڑا پودا ہے اس ٹائم اے جڑا کھڑا اے کتنے ٹائم دا پودا ہے؟ اے ڈیڑھ کو سال دا. ڈیڑھ سال دا جی. ایک ایکڑ دے وچ کنے پودے لگدے؟ 2800. 2800 پودا جی جی. کنے کنے فاصلے تے؟ 5x3 جڑا پودا ہے پودے تو پودا 3 فٹ تے جڑا دوسرا اپنا چوڑائی ہے نہیں لائن او 5 فٹ تے آئی. 5 فٹ تے 3 فٹ ضرب 5 فٹ تے 2800 پودا لگدا ہے جی جی. اور ایک سال دے وچ اس قابل ہو جاندا ہے بھی پتے دینا شروع کر دے؟ ہاں نہیں ایک سال تک نہیں ہوندا. دو سال چل جاتا. اچھا یہ جڑا فل وڈے اسی درخت دیکھدے ہاں جی کہ اے کھڑا اے یہ بھی ہالے فل وڈا جوان درخت نہیں ہے یہ دی کتنی ک لائف ہے کتنی ک عمر ہو گئی؟ نہیں یہ تک جڑا ہائبرڈ ہے نا وہ ساڈے علم وچ جڑا گورنمنٹ دے حساب نال اوتے 10 سال ہے. 10 سال وچ مکمل تیار ہوندا جی؟ نہیں ہاں 2 سال وچ مکمل ہو جاندا پھر سالانہ اگر گورنمنٹ ہوندی پلاڈنگ یا کٹائی کراندی ہے ਅਤੇ ਇਹਦੀ ਲਾਈਫ ਜਿਹੜੀ ਹੈ ਉਹ 10 ਸਾਲ. 10 ਸਾਲ. ਇਹਦੇ ਵਾਸਤੇ ਜ਼ਮੀਨ ਕੈਸੀ ਚਾਹੀਦੀ ਹੁੰਦੀ ਹੈ ਇਹਨੂੰ ਲਾਉਣ ਵਾਸਤੇ? ਜ਼ਮੀਨ ਇਹਦੀ ਅੱਛੀ ਸਾਫ਼ ਸੁਥਰੀ ਤਿਆਰ ਹੋਣੀ ਚਾਹੀਦੀ. ਨਰਮ ਮਹਿਰਾ ਜ਼ਮੀਨ 'ਤੇ ਲੱਗ ਜਾਏਗਾ? ਨਰਮ ਮਹਿਰਾ ਜ਼ਮੀਨ ਅਗਰ ਤੁਸੀਂ ਮੇਰਾ ਮਤਲਬ ਜੇ ਲੈਣਾ ਗੌਰਮੈਂਟ ਦਾ ਉਹ ਤਾਂ ਫਿਰ ਇਸ ਤਰੀਕੇ ਨਾਲ ਕੰਪੈਕਟ ਲੱਗਦਾ ਹੈ ਤੇ ਜੇ ਅਗਰ ਬਾਹਰ ਜ਼ਮੀਨਦਾਰ ਲਾਉਂਦਾ ਹੈ ਉਹ ਖਾਲਿਆ ਬੰਨਿਆ 'ਤੇ ਵੀ ਲਾ ਸਕਦੇ ਨੇ. ਅਗਰ ਲਾਉਣਾ ਸਿਰਫ ਰੇਸ਼ਮ ਵਾਸਤੇ ਹੀ ਹੋਏ ਤੇ ਫਿਰ ਤੇ ਇਦਾਂ ਹੀ ਲਾਣਾ ਪਏਗਾ ਕੰਪੈਕਟ ਕਰਕੇ ਲਾਣਾ ਪਏਗਾ? ਕੰਪੈਕਟ ਕਰਕੇ ਲਾ ਸਕਦੇ ਉਹਦੇ ਬਿਹਤਰ ਹੈ. ਇੱਕ ਏਕੜ ਅਗਰ ਮਿਸਾਲ ਦੇ ਤੌਰ ਤੇ ਕੋਈ ਬੰਦਾ ਲਾਂਦਾ ਸ਼ਹਿਤੂਤ 2 ਸਾਲ ਬਾਅਦ ਪੱਤੇ ਦੇਣ ਦੀ ਪੋਜੀਸ਼ਨ ਚ ਆ ਜਾਂਦਾ ਹੈ ਜਵਾਨ ਹੋ ਜਾਂਦਾ ਇੱਕ ਏਕੜ ਤੋਂ ਕਿੰਨਾ ਕ ਕੀੜਾ ਪਾਲ ਸਕਦਾ ਹੈ ਇੱਕ ਬੰਦਾ? 2 ਪੈਕਟ ਬਾ ਆਸਾਨੀ ਪਾਲ ਜਾਂਦੇ 2 ਪੈਕਟ ਤੋਂ ਮੁਰਾਦ ਇੱਕ ਪੈਕਟ ਦੇ ਵਿੱਚ ਕਿੰਨਾ ਯਾਨੀ ਉਹ ਹੁੰਦਾ ਹੈ? 14 ਗ੍ਰਾਮ ਵਜ਼ਨ ਹੁੰਦਾ ਹੈ. 14 ਗ੍ਰਾਮ ਸਾਡਾ 20,000 ਅੰਡਾ 20,000 ਅੰਡਾ ਯਾਨੀ 40,000 ਅੰਡਾ ਪਾਲਿਆ ਜਾ ਸਕਦਾ ਹੈ ਇੱਕ ਏਕੜ ਦੇ ਉੱਤੇ. ਔਰ ਹਰ ਅੰਡੇ ਤੋਂ ਇੱਕ ਟੂਟੀ ਬਣਦੀ ਹੈ ਯਾਨੀ 40,000 ਟੂਟੀ ਤਕਰੀਬਨ ਇੱਕ ਏਕੜ ਨਾਲ ਪਾਲੀ ਜਾ ਸਕਦੀ ਹੈ. ਔਰ ਇਹ ਜਿਹੜਾ ਇੱਕ ਜਿਹੜਾ ਹੁੰਦਾ ਹੈ ਆਪਣਾ ਪੈਕਟ 20,000 ਦਾ ਉਹਦੇ 'ਚੋਂ ਕਿੰਨੀ ਕੁ ਟੂਟੀ ਨਿਕਲ ਆਉਂਦੀ ਕਿਲੋਆਂ ਦੀ ਗੱਲ ਕਰੀਏ ਤਾਂ? ਅਗਰ ਉਹ ਅੱਛਾ ਪਾਲ ਜਾਏ ਨਾ ਉਹਨੂੰ ਬਿਮਾਰੀ ਨਾ ਹੋਵੇ ਔਰ ਖੁਰਾਕ ਮਤਵਾਜ਼ਨ ਮਿਲੇ ਬਰ ਵਕਤ ਮਿਲੇ ਸਫਾਈ ਸੁਥਰਾਈ ਅੱਛੀ ਹੋਵੇ ਤੇ 35-40 ਕਿਲੋ ਬਆਸਾਨੀ ਆ ਜਾਂਦੀ. 35-40 ਕਿਲੋ ਯਾਨੀ ਅਗਰ ਇੱਕ ਏਕੜ ਹੈ ਕਿਸੇ ਕੋਲ 70-80 ਕਿਲੋ ਤੱਕ ਪਾਲਿਆ ਜਾ ਸਕਦਾ ਟੂਟੀਆਂ ਕੱਢੀਆਂ ਜਾ ਸਕਦੀਆਂ ਅਗਰ ਬਿਮਾਰੀ ਦਾ ਅਟੈਕ ਨਾ ਆਵੇ. ਇੱਕ ਚੀਜ਼ ਤਾਂ ਹੋ ਗਈ. ਦੂਸਰੀ ਚੀਜ਼ ਜਿਹੜੇ ਇਹਦੇ ਅੰਡੇ ਨੇ ਇਹ ਕਿੱਥੋਂ ਮਿਲਦੇ ਨੇ? ਇਹ ਸਾਡਾ ਸ਼ੋਭਾ ਸੈਰੀਕਲਚਰ. ਸੈਰੀਕਲਚਰ ਇਹ ਪਿਸ਼ਾਵਰ 'ਚ ਵੀ ਹੈ? ਪਿਸ਼ਾਵਰ 'ਚ ਵੀ, ਪਿਸ਼ਾਵਰ ਛਾਂਗਾ ਮਾਂਗਾ 'ਚ ਵੀ ਹੈ, ਛਾਂਗਾ ਮਾਂਗਾ ਵੀ ਹੈ, ਚੀਚਾ ਵਤਨੀ ਵੀ ਹੈ, ਖਾਨੇਵਾਲ ਕੋਈ ਨਹੀਂ, ਖਾਨੇਵਾਲ ਪੀਰੋਵਾਲ ਹੈ. ਪੀਰੋਵਾਲ ਹੈ ਜੀ ਹਾਂ. ਪੀਰੋਵਾਲ. ਪੀਰੋਵਾਲ ਕਿਹੜੀ ਜਗ੍ਹਾ ਤੇ? ਪੀਰੋਵਾਲ ਤੁਸੀਂ ਇਧਰ ਵਾਈਲਡ ਲਾਈਫ ਦਾ ਪਾਰਕ ਬਿਲਕੁਲ ਵੇਖਿਆ ਮੈਂ. ਉਹਦੇ ਨਾਲ ਅੱਗੇ ਫਿਸ਼ਰੀ ਹੈ. ਫਿਸ਼ਰੀ ਵੀ ਵੇਖੀ ਹੈ? ਫਿਸ਼ਰੀ ਤੋਂ ਅੱਗੇ ਸਾਡਾ. ਅੱਛਾ ਅੱਛਾ ਉੱਥੇ ਹੈ, ਉੱਥੋਂ ਮਿਲਦੇ ਨੇ? ਨਹੀਂ
ਪੱਤੇ ਉੱਥੋਂ ਮਿਲਦੇ ਨੇ ਪਲਾਂਟੇਸ਼ਨ ਸਾਡੀ ਉੱਥੇ ਤੇ ਜਿਹੜਾ ਦਫ਼ਤਰ ਹੈ ਜਾਂ ਮੁਲਾਜ਼ਮ ਨੇ ਉਹ ਵਾਈਲਡ ਲਾਈਫ ਪਾਰਕ ਦੇ ਗੇਟ ਦੇ ਅੱਗੇ ਸਾਡਾ ਛੋਟਾ ਇਹ ਜਿਹੜੇ ਅੰਡੇ ਨੇ ਪੈਕਟ ਹੈ ਇਹ ਕਿੰਨੇ ਦਾ ਪੈਕਟ ਮਿਲਦਾ ਇਹ ਪੈਕਟ ਜਿਹੜਾ ਨੇ ਦੇਸੀ ਲੋਕਲ ਅਸੀਂ ਦੇ ਰਹੇ ਮਹਿਕਮਾ ਦਾ ਹਰ ਸਾਲ ਬਾਅਦ 300 ਰੁਪਏ ਦਾ 300 ਰੁਪਏ ਦਾ ਇੱਕ ਪੈਕਟ ਇੱਕ ਪੈਕਟ ਅੱਛਾ ਇਹ ਵੇ ਜਿਹੜੇ ਜਿਸ ਟਾਈਮ ਰੇਸ਼ਮ ਤਿਆਰ ਹੋ ਜਾਂਦਾ ਵੇ ਉਸ ਟਾਈਮ ਇਹ ਵਿਕਦਾ ਕਿੱਥੇ ਹੈ ਉਸ ਲਈ ਇਹ ਮਤਲਬ ਸਾਡੇ ਕੋਲ ਤਾਂ ਆਪਣਾ ਆ ਜਾਂਦੇ ਪ੍ਰਾਈਵੇਟ ਸੈਕਟਰ 'ਤੇ ਛਾਂਗੇ ਮੰਗੇ ਤੂੰ ਟੂਟੀ ਲੈਣ ਵਾਲੇ ਆ ਜਾਂਦੇ ਉੱਥੇ ਬਹੁਤ ਸਾਰੇ ਡੀਲਰ ਬੈਠੇ ਨੇ ਵਪਾਰੀ ਆਉਂਦੇ ਨੇ ਇਲਾਕਿਆਂ ਦੇ ਇੱਕ ਟਾਈਮ ਸੀ ਜੀ ਜਦੋਂ ਬਹੁਤ ਸਾਰੀਆਂ ਜਗ੍ਹਾ 'ਤੇ ਪਾਕਿਸਤਾਨ ਦੇ ਇਹ ਰੇਸ਼ਮ ਪਾਲਿਆ ਜਾਂਦਾ ਸੀ ਹੁਣ ਕੀ ਵਜ੍ਹਾ ਹੈ ਕਿ ਇਹ ਸਨਅਤ ਜਿਹੜੀ ਹੈ ਬਹੁਤ ਪਿੱਛੇ ਚਲੀ ਗਈ ਇਹ ਅੱਗੇ ਨਹੀਂ ਵੱਧ ਸਕੀ ਲੋਕ ਹੁਣ ਕਿਉਂ ਨਹੀਂ ਪਾਲਦੇ ਇਹਨਾਂ ਨੂੰ ਰਾਜ ਸਾਹਿਬ ਕੋਲ ਸਾਰਾ ਮਜ਼ੀਦ ਪਤਾ ਰਾਜ ਸਾਹਿਬ ਕੀ ਉਹ ਜਨਾਬ ਇਹ ਹੈ ਕਿ ਕੁਛ ਪਿੱਛੇ ਜਿਹਾ ਨਾ ਸਾਡਾ ਸੀਰ ਜਾਣੀ ਕਿ ਮਹਿਕਮਾਨਾ ਉਹਦਾ ਮਿਆਰ ਅੱਛਾ ਨਹੀਂ ਸੀ ਤੇ ਉਹ ਫਿਰ ਜਦੋਂ ਕਿਰਮ ਕਿਸ਼ ਪਾਲਦਾ ਨਾ ਤਾਂ ਐਂਡ 'ਤੇ ਆ ਕੇ ਕੀੜਾ ਡੈਮੇਜ ਹੋ ਜਾਂਦਾ ਬਿਮਾਰੀ ਦੀ ਵਜ੍ਹਾ ਅਤੇ ਉਹ ਬਾਰ ਬਾਰ ਉਹ ਬਿਮਾਰੀ ਦੀ ਵਜ੍ਹਾ ਤੋਂ ਫਿਰ ਲੋਕ ਥੋੜ੍ਹਾ ਜਿਹਾ ਸਫੈਦਾ ਬਹੁਤ ਜ਼ਿਆਦਾ ਮਸਕਟ ਬਹੁਤ ਜ਼ਿਆਦਾ ਸ਼ਤੂਤ ਵਾਕਈ ਕੰਮ ਹੋ ਗਿਆ ਲੇਕਿਨ ਇਹ ਨਰਸਰੀ ਵੇਖ ਕੇ ਤੇ ਬੜਾ ਦਿਲ ਖੁਸ਼ ਹੋਇਆ ਕਿ ਯਾਰ ਏਡੀ ਵੱਡੀ ਨਰਸਰੀ ਏਡਾ ਵੱਡਾ ਜੰਗਲ ਜਿਹੜਾ ਉਹ ਸ਼ਤੂਤ ਦਾ ਇੱਥੇ ਮੌਜੂਦ ਹੈ ਇਹ ਪੱਤੇ ਜਿਹੜੇ ਲੋਕ ਇੱਥੋਂ ਲੈ ਕੇ ਜਾਂਦੇ ਨੇ ਉਹਦਾ ਕੋਈ ਕੀ ਤਰੀਕਾਕਾਰ ਕੀ ਹੈ ਉਹਦਾ ਸਾਡਾ ਸੀਜ਼ਨ ਦਾ ਗਵਰਨਮੈਂਟ ਦਾ ਪਰਮਿਟ ਹੁੰਦਾ ਹੈ ਗਵਰਨਮੈਂਟ ਦਾ ਪਰਮਿਟ ਇੱਕ ਸੀਜ਼ਨ ਦਾ ਇੱਕ ਸੀਜ਼ਨ ਯਾਨੀ ਕਿ ਜਿਤਨੀ ਦੇਰ ਤੱਕ ਰੇਸ਼ਮ ਦੇ ਕੀੜੇ ਪਲਦੇ ਨੇ ਤਕਰੀਬਨ 35 ਤੋਂ 40 ਦਿਨ 35 ਤੋਂ 40 ਦਿਨ ਦੇ ਪਰਮਿਟ ਨੇ ਜਿਹੜੇ ਲੋਕ ਇੱਥੋਂ ਪੱਤੇ ਲੈ ਕੇ ਜਾਂਦੇ ਨੇ ਉਸ ਪਰਮਿਟ ਦੀ ਕੋਈ ਸਰਕਾਰੀ ਫੀਸ ਹੁੰਦੀ ਹੈ ਕਿੰਨੀ ਡੇਢ ਸੌ ਰੁਪਿਆ ਮਹੀਨੇ ਦਾ ਸੀਜ਼ਨ ਦਾ ਸਿਰਫ 150 ਰੁਪਿਆ ਤੇ ਇਹ ਉਹਦੇ ਵਿੱਚ ਲਿਮਿਟ ਵੀ ਹੈ ਵੀ ਕੌਣ ਬੰਦਾ ਕਿਤਨੇ ਪੱਤੇ ਲਿਜਾ ਸਕਦਾ ਉਹਦੇ ਚ ਇੱਕ ਸਾਰ ਬੋਝ ਲਿਜਾਂਦਾ ਹੈ ਅੱਛਾ ਇੱਕ ਬੋਝ ਯਾਨੀ ਸਿਰ ਦੇ ਉੱਤੇ ਜਿਤਨਾ ਆ ਜੇ ਹਾਂ ਇੱਕ ਬੰਦਾ ਠੀਕ ਹੈ ਤੇ ਉਹ ਜਦ ਤੱਕ ਰੇਸ਼ਮ ਦੇ ਕੀੜੇ ਪਲ ਰਹੇ ਨੇ ਉਤਨੀ ਦੇਰ ਤੱਕ ਉਸ ਤੋਂ ਬਾਅਦ ਖਤਮ ਹੋ ਜਾਂਦਾ ਪਰਮਿਟ ਜਿਹੜਾ ਦਿੰਦੇ ਹੋ ਤੁਸੀਂ ਪਹਿਲੇ ਉਹਦੀ ਜਾ ਕੇ ਚੈੱਕ ਕਰਦੇ ਹੋ ਕਿ ਵਾਕਈ ਇਸ ਨੇ ਪਾਲੇ ਹੋਏ ਨੇ ਜਾਂ ਕੋਈ ਲੋਕ ਮਜ਼ਦੂਰੀ ਦੇ ਤੌਰ ਤੇ ਤਾਂ ਨਹੀਂ ਇੱਥੋਂ ਲੈ ਦਿੰਦੇ ਸਰ ਜੀ ਬੀਜ ਸਾਡੇ ਕੋਲ ਜਾਂਦਾ ਨਾ ਅੱਛਾ ਬੀਜ ਹੀ ਤੁਹਾਡੇ ਕੋਲੋਂ ਜਾਂਦਾ ਹੈ ਇਸ ਵਾਸਤੇ ਤੁਹਾਨੂੰ ਪਤਾ ਹੁੰਦਾ ਹੈ ਕਿ ਇਸ ਬੰਦੇ ਨੇ ਕੀੜੇ ਪਾਲੇ ਨੇ ਜਿਹੜੇ ਬੰਦੇ ਸਾਡੇ ਕੋਲ ਲੈ ਜਾਂਦੇ ਨੇ ਜਿਸ ਤਰ੍ਹਾਂ ਸਾਡੇ ਕੋਲ ਪੱਕੇ ਗਾਹਕ ਹਨ ਹਾਂਜੀ ਉਹਨਾਂ ਨੂੰ ਵਕਤੀ ਤੌਰ ਤੇ ਇੱਕ ਗਰੀਬ ਬੰਦਾ ਉਹਦੇ ਕੋਲ ਪੈਸੇ ਨਹੀਂ ਹਨ ਅਸੀਂ ਉਹਨੂੰ ਬੀਜ ਦੇ ਦਿੰਦੇ ਹਾਂ ਉਹਦਾ ਨਾਮ ਲਿਖ ਲੈਂਦੇ ਹਾਂ ਉਸ ਤੋਂ ਅਸੀਂ ਇਸ ਰਕਮੀ ਮਜ਼ਦੂਰੀ ਕਰਾ ਲੈਂਦੇ ਹਾਂ ਉਸ 'ਚ ਵੀ ਪੈਸੇ ਕੱਟ ਲੈਂਦੇ ਹਾਂ ਉਸ ਤੋਂ ਬਾਅਦ ਜਿਸ ਨੂੰ ਰੇਸ਼ਮ ਦੇ ਲੈਂਦਾ ਉਸ ਨੂੰ ਵੀ ਪੈਸੇ ਲੈ ਲੈਂਦੇ ਅੱਛਾ ਉਸ ਟਾਈਮ ਵੀ ਪੈਸੇ ਤਾਂ ਕਿ ਵੀ ਉਸ ਬੰਦੇ ਨੂੰ ਤਕਲੀਫ ਨਾ ਆਵੇ ਉਹ ਜ਼ਿਆਦਾ ਜ਼ਿਆਦਾ ਪਾਲ ਸਕੇ ਰੇਸ਼ਮ ਦੇ ਕੀੜੇ ਪਲਵਾਉਣਾ ਜ਼ਿਆਦਾ ਮਕਸਦ ਸਾਡਾ ਵੀ ਜ਼ਿਆਦਾ ਜ਼ਿਆਦਾ ਸਾਡੇ ਮਹਿਕਮੇ ਦੀ ਬਿਹਤਰੀ ਹੋਵੇ ਲੋਕ ਪਾਲਣ ਇੱਧਰ ਜ਼ਿਆਦਾ ਆਉਣ ਔਰ ਥੋੜ੍ਹੇ ਜਿਹੇ ਵਕਤ 'ਚ ਮਤਲਬ ਘਰੇਲੂ ਬੱਚੇ ਔਰ ਬੀਬੀਆਂ ਵੀ ਪਾਲ ਕੇ ਅਤੇ ਇਹਦੇ 'ਚੋਂ ਆਪਣਾ ਜ਼ਰੀਆ ਮਾਸ਼ ਯਾਨੀ ਕਿ ਰੋਜ਼ੀ ਕਮਾ ਸਕਦੇ ਇਹਦੇ ਸਰਕਾਰੀ ਕੋਈ ਪੰਫਲੇਟ ਵੀ ਛੱਪੇ ਹੋਏ ਨੇ ਹਾਂ ਕੁਛ ਹੈ ਸਾਡੇ ਵਾ ਮਹਿਕਮਾਨਾ ਐਡਵਰਟਾਈਜ਼ ਹੁੰਦੀ ਐਡਵਰਟਾਈਜ਼ਮੈਂਟ ਹੁੰਦੀ ਅਤੇ ਅਸੀਂ ਜਿਹੜਾ ਫੀਲਡ ਸਟਾਫ ਹੈ ਸੁਪਰਵਾਈਜ਼ਰ ਜਾਂ ਇੰਸਪੈਕਟਰ ਹੈ ਉਹ ਅਸੀਂ ਮਤਲਬ ਸਾਲ ਬਾਰਾਂ ਕਰਮ ਕਿਸ਼ਨ ਨਾਲ ਅਸੀਂ ਮਤਲਬ ਆਉਂਦੇ ਜਾਂਦੇ ਰਹਿੰਦੇ ਮਿਲਦੇ ਮਿਲਾਉਂਦੇ ਮਿਲਦੇ ਮਿਲਾਉਂਦੇ ਉਹਨਾਂ ਨੂੰ ਕਹਿੰਦੇ ਰਹਿੰਦੇ ਹਾਂ ਵੀ ਰੇਸ਼ਮ ਦੇ ਕੀੜੇ ਪਾਲੋ ਇਤਨਾ ਫਾਇਦਾ ਹੈ ਫਾਇਦਾ ਹੈ ਅੱਛਾ ਕੋਈ ਡਿਮੋਨਸਟ੍ਰੇਸ਼ਨ ਵੀ ਹੈ ਵੀ ਕੀੜੇ ਅਗਰ ਵੇਖਣਾ ਚਾਹੀਏ ਅਸੀਂ ਜਾਂ ਰੇਸ਼ਮ ਜਿਹੜਾ ਪ੍ਰੋਸੈਸ ਉਹਨੂੰ ਵੇਖਣਾ ਚਾਹੀਏ ਉਹ ਵੀ ਕੋਈ ਇੱਥੇ ਇੰਤਜ਼ਾਮ ਹੈ ਦਫ਼ਤਰ ਹੈ ਦਫ਼ਤਰ ਦੇ ਵਿੱਚ ਇਹ ਸਾਰਾ ਇੰਤਜ਼ਾਮ ਮੌਜੂਦ ਹੈ ਸਹੀ ਅੱਛਾ ਤੁਹਾਡੇ ਅਗਰ ਮਿਸਾਲ ਦੇ ਤੌਰ ਇੱਥੇ ਤਾਂ ਚਲੋ ਸ਼ੈਤੂਤ ਹੈ ਪੱਤੇ ਅਵੇਲੇਬਲ ਨੇ ਇੱਥੋਂ ਬੀਜ ਮਿਲ ਜਾਂਦਾ ਯਾਨੀ ਅੰਡੇ ਮਿਲ ਜਾਂਦੇ ਨੇ ਔਰ ਤੁਸੀਂ ਜਾ ਕੇ ਉਹਨਾਂ ਦੀ ਬਿਮਾਰੀ ਵਗੈਰਾ ਅਗਰ ਆ ਜੇ ਉਹ ਵੀ ਦੇਖਭਾਲ ਕਰ ਲੈਂਦੇ ਹੋ ਅਤੇ ਅਗਰ ਇੱਥੋਂ ਕੋਈ ਬੰਦੇ ਦੂਰ ਨੇ ਔਰ ਉਹ ਨਜ਼ਦੀਕ ਨਹੀਂ ਨੇ ਇੱਥੋਂ 20 ਕਿਲੋਮੀਟਰ 30 ਕਿਲੋਮੀਟਰ 50 ਕਿਲੋਮੀਟਰ ਨੇ ਉਹਨਾਂ ਵਾਸਤੇ ਕੋਈ ਹੈਲਪਲਾਈਨ ਵੀ ਹੈ ਕੋਈ ਸਰਕਾਰੀ ਫੋਨ ਨੰਬਰ ਵੀ ਹੈ ਜਿੱਥੋਂ ਫੋਨ ਕਰਕੇ ਉਹ ਯਾਨੀ ਮਾਲੂਮਾਤ ਲੈ ਸਕਣ ਜਾਂ ਬੀਜ ਖਰੀਦ ਸਕਣ ਅੰਡੇ ਖਰੀਦ ਸਕਣ ਪੰਜਾਬ ਲੈਵਲ 'ਤੇ ਅਤੇ ਲਾਹੌਰ ਡਿਪਟੀ ਡਾਇਰੈਕਟਰ ਸਾਹਿਬ ਨੇ ਸੈਰੀਕਲਚਰ ਉਸ ਤੋਂ ਬਾਅਦ ਅਸਿਸਟੈਂਟ ਡਾਇਰੈਕਟਰ ਸਾਹਿਬ ਆਉਂਦੇ ਨੇ ਉਸ ਤੋਂ ਬਾਅਦ ਐਸ ਡੀ ਓ ਸੈਰੀਕਲਚਰ ਡਿਵੈਲਪਮੈਂਟ ਅਫੀਸਰ ਸਾਹਿਬ ਆਉਂਦੇ ਨੇ ਫਿਰ ਏ ਐਸ ਡੀ ਓ ਸਾਹਿਬ ਆਉਂਦੇ ਨੇ ਫਿਰ ਉਸ ਤੋਂ ਬਾਅਦ ਥੱਲੇ ਸਾਡੇ ਆਉਣ ਤੱਕ ਇਸਦੇ ਇੰਸਪੈਕਟਰ ਸੈਰੀਕਲਚਰ ਇੰਸਪੈਕਟਰ ਫੀਲਡ ਸਾਡਾ ਫੀਲਡ ਦਾ ਕੰਮ ਹੈ ਇਹ ਹੀ ਕੰਮ ਹੈ ਕੁਰਮ ਕਿਸ਼ਾ ਨੂੰ ਦੱਸਣਾ ਬਿਮਾਰੀ ਦੇ ਬਾਰੇ ਹੈਚਿੰਗ ਦੇ ਬਾਰੇ ਪਾਲਣ ਦੇ ਬਾਰੇ ਉਸ ਮੇਰੇ ਥੱਲੇ ਸੁਪਰਵਾਈਜ਼ਰ ਹੈ
अच्छा कोई इत्थों दा या हेड ऑफिस दा कोई फोन नंबर भी है जिथे लोग कॉल करके राबता करदे ने? ਉਦਾਇ ਹੁੰਦਾ ਕਿ ਜੀ ਜਿਸ ਮੁਲਾਜ਼ਮ ਨੇ ਦਿੱਤੇ ਆ ਨਾ ਜੀ ਮਿਸਾਲ ਦੇ ਤੌਰ ਤੇ ਮੈਂ ਇੱਕ ਆਦਮੀ ਨੂੰ ਦਿੱਤੇ ਨੇ ਕੀੜੇ ਜੀ ਤੇ ਉਹ ਉਹਦੇ ਕੋਲ ਹਰ ਦੂਸਰੇ ਦਿਨ ਤੀਸਰੇ ਦਿਨ ਉਹ ਭਾਵੇਂ 10 ਕਿਲੋਮੀਟਰ ਤੇ ਆ ਭਾਵੇਂ 20 ਕਿਲੋਮੀਟਰ ਤੇ ਜਾਂਦੇ ਹੋ ਉਹਨੇ ਨੇ ਜਾਣਾ ਉਹਨੇ ਜਾਣਾ ਜਾ ਕੇ ਉਹਦੇ ਕੀੜੇ ਚੈੱਕ ਕਰਨੇ ਨੇ ਅਗਰ ਕੀੜੇ ਠੀਕ ਨੇ ਤਾਂ ਠੀਕ ਹੈ ਅਗਰ ਜੇ ਨਹੀਂ ਠੀਕ ਉਹਨਾਂ ਨੂੰ ਦੱਸਣਾ ਕਿ ਤੁਹਾਡੇ ਭਾਈ ਕੀੜੇ ਇਹ ਇਹਨਾਂ ਨੂੰ ਮਰਜ਼ ਹੈ ਜਾਂ ਇਹ ਕੁਛ ਹੈ ਜਾਂ ਇਹਨਾਂ ਨੂੰ ਪੱਤਾ ਕੱਟਿਆ ਜਾਂ ਇਹਨਾਂ ਦੀ ਕੋਈ ਸਫਾਈ ਨਹੀਂ ਕੀਤੀ ਜਾਂ 100 ਮਸਲਾ ਹੁੰਦਾ ਉਹ ਸਾਰਾ ਕੁਝ ਫਿਰ ਉਹਨਾਂ ਤੀਸਰੇ ਦਿਨ ਚੌਥੇ ਦਿਨ ਨਾਲ ਦੱਸੀ ਰੱਖੀਦਾ ਹੈ ਨਾਲ ਦੀ ਨਾਲ ਜਾਂਦੇ ਨੇ ਜਾ ਕੇ ਦੱਸਦੇ ਨੇ। ਅੱਛਾ ਇੱਕ ਚੀਜ਼ ਹੋਰ ਮੈਂ ਪੁੱਛਾਂਗਾ, ਇਹ ਜਿਹੜੇ ਅੰਡੇ ਨੇ ਇਹਨਾਂ ਦੇ ਬੱਚੇ ਕਿਵੇਂ ਨਿਕਲਦੇ ਨੇ, ਯਾਨੀ ਕੋਈ ਇਨਕੂਬੇਟਰ ਹੁੰਦਾ ਹੈ ਜਾਂ ਕਿਸ ਤਰ੍ਹਾਂ ਕੱਢਦੇ ਨੇ ਬੱਚੇ? ਨਹੀਂ ਉਹ ਜਿਹੜੇ ਕਰਮਕਸ਼ ਹੁੰਦੇ ਨਾ ਆਪਣੇ ਤੌਰ ਤੇ ਉਹ ਕੁਛ ਉਹਨਾਂ ਨੂੰ ਐਕਸਪੀਰੀਅੰਸ ਤਜਰਬਾ ਵੀ ਹੋਇਆ ਹੁੰਦਾ ਪਾਲ ਪਾਲ ਕੇ, ਉਹ ਆਪਣਾ ਪੈਕਟ ਲੈ ਕੇ ਤੇ ਉਸਨੂੰ ਸਾਫ ਸੁਥਰੇ ਕੱਪੜੇ ਲਪੇਟ ਕੇ ਤੇ ਅੰਦਰ ਰਜਾਈ ਵਗੈਰਾ ਚ ਮੌਸਮ ਦੇ ਹਿਸਾਬ ਨਾਲ ਅਗਰ ਜ਼ਿਆਦਾ ਠੰਡ ਹੈ ਤੇ ਉਹਨੂੰ ਰੱਖਣਾ ਇੱਕ ਜਗ੍ਹਾ ਤੇ ਹੀ ਹੈ ਲਪੇਟ ਕੇ ਤਾਂ ਕਿ ਉਹਨੂੰ ਹੀਟ ਰਹੇ ਬਰਾਬਰ ਤੇ ਉਹ ਫਿਰ ਹੈਚ ਹੋ ਜਾਂਦੇ ਨੇ। ਅੱਛਾ ਤੇ ਗਵਰਨਮੈਂਟ ਦਾ ਇੱਕ ਸ਼ੋਭਾ ਹੈ ਸਾਡਾ, ਇਹ ਕਿੰਨੇ ਟਾਈਮ 'ਚ ਹੈਚ ਹੋ ਜਾਂਦੇ ਨੇ? ਇਹ ਹਫ਼ਤਾ ਇੱਕ ਲੱਗ ਜਾਂਦਾ ਤਕਰੀਬਨ, ਯਾਨੀ ਅੰਡਿਆਂ ਨੂੰ ਮਲਮਲ ਜਾਂ ਰੇਸ਼ਮ ਦੇ ਕੱਪੜੇ 'ਚ ਲਪੇਟ ਕੇ ਕਿਸੇ ਦੇਗਚੀ ਵਗੈਰਾ ਚ ਰੱਖ ਦਿੰਦੇ ਆ ਮਿੱਟੀ ਦੇ ਜਾਂ ਵੈਸੇ ਰਜ਼ਾਈ ਵਗੈਰਾ ਚ ਰੱਖ ਦਿੰਦੇ? ਬਿਹਤਰ ਹੁੰਦਾ। ਔਰ 8 ਦਿਨਾਂ ਦੇ ਵਿੱਚ ਬੱਚੇ ਨਿਕਲ ਆਉਂਦੇ ਨੇ, ਉਹਨਾਂ ਬੱਚਿਆਂ ਨੂੰ ਫਿਰ ਰੇਸ਼ਮ ਦੇ ਆਪਣਾ ਇਹਦੇ ਸ਼ਤੂਤ ਦੇ ਪੱਤਿਆਂ ਨਾਲ ਚੁੱਕ ਕੇ ਪੱਤਿਆਂ ਦੇ ਉੱਤੇ ਰੱਖੀਦਾ? ਸ਼ਤੂਤ ਦੇ ਪੱਤਿਆਂ ਨਾਲ ਵੀ ਰੱਖਿਆ ਜਾ ਸਕਦਾ, ਨਹੀਂ ਤਾਂ ਉਸਨੂੰ ਬੜੇ ਇਤਿਆਤ ਨਾਲ ਕੱਟ ਕੇ ਨਾ ਉਸਦੀ ਜਾਲੀ ਵਗੈਰਾ ਤੇ ਮੁਰਗੀ ਵਗੈਰਾ ਦਾ ਪਰ ਲੈ ਕੇ ਤੇ ਉਸਨੂੰ ਸਾਫ਼ ਸੁਥਰੇ ਅਖਬਾਰ ਤੇ ਪੱਤੇ ਬਰੀਕ ਕੱਟ ਕੇ ਰੱਖ ਕੇ ਉਹਨਾਂ ਦੇ ਉੱਤੇ ਉਹ ਸਾਫ਼ ਕਰ ਲਿਆ ਜਾਂਦਾ ਹੈ। ਸਹੀ, ਉਹ ਬੱਚੇ ਅੰਡੇ ਨਿਕਲ ਤੋਂ ਨਿਕਲੇ ਉਸੇ ਵੇਲੇ ਫਿਰ ਉਹ ਬੱਚਾ ਕੀੜਾ ਖਾਣਾ ਸ਼ੁਰੂ ਕਰ ਦਿੰਦਾ, ਖਾਣਾ ਸ਼ੁਰੂ ਕਰ ਬੱਚਾ, ਯਾਨੀ ਬਰੀਕ ਕੱਟੇ ਹੋਏ ਪੱਤੇ ਪਾਉਣੇ ਨੇ ਉਹਨੂੰ, ਸਾਬਤ ਪੱਤੇ ਨਹੀਂ ਪਾਉਣੇ। ਸਹੀ। ਅੱਛਾ ਉਸ ਤੋਂ ਬਾਅਦ ਇਹਨਾਂ ਨੂੰ ਉਹ ਕੀ ਪੈਡ ਬਣਾਏ ਜਾਂਦੇ ਨੇ ਕੀ, ਯਾਨੀ ਉਹਨੂੰ ਕੀ ਕਹਿੰਦੇ ਅਸੀਂ? ਅਸੀਂ ਪੈਡ ਹੀ ਕਹਿੰਦੇ ਹਾਂ ਉਹਨੂੰ, ਮਤਲਬ ਮਚਾਨ ਵੀ ਕਹਿ ਸਕਦੇ ਹਾਂ। ਚਾਰ ਮਤਲਬ ਸਾਡਾ ਤੂੰ ਬਾਂਸ ਜਾਂ ਲੱਕੜੀ ਦੇ ਖਾਲੇ ਕਰਕੇ ਬਾਂਸ ਉੱਤੇ ਪਾ ਕੇ ਉੱਤੇ ਕਾਨੇ ਦੀ ਬਣੀ ਪੱਤਲ ਉਸਦੇ ਉੱਤੇ ਅਖਬਾਰ ਕਮਰੇ ਦੇ ਅੰਦਰ ਤਾਂ ਕਿ ਕੋਈ ਕਿਸੇ ਮਤਲਬ ਕੀੜੀਆਂ ਚਿੜੀਆਂ ਵਗੈਰਾ ਕਿਰਲੀਆਂ ਹਰ ਚੀਜ਼ ਤੋਂ ਬਚਾਉਣਾ ਪੈਂਦਾ ਬੜਾ। ਇਹਦੇ ਦੁਸ਼ਮਣ ਨੇ ਕਿਰਲੀ ਜਿਹਨੂੰ ਛਿਪਕਲੀ ਕਹਿੰਦੇ ਆ, ਚਿੜੀਆਂ ਅੰਦਰ ਨਾ ਆਵੇ, ਕਵੇ ਛਵੇ ਤਾਂ ਕਿ ਜ਼ਮੀਨੀ ਕੀੜੇ ਮਕੌੜੇ ਵੀ ਉਸਨੂੰ ਉਹਨਾਂ ਤੋਂ ਹੀ ਬਚਾਉਣ, ਉਹਨਾਂ ਤੋਂ ਹੀ ਬਚਾਉਣ। ਇਹਦਾ ਤਰੀਕਾ ਇਹ ਹੈ ਕਿ ਅਸੀਂ ਮਚਾਨ ਦੇ ਥੱਲੇ ਉਹ ਰੱਖ ਸਕਦੇ ਹਾਂ ਪਾਣੀ ਵਾਲੇ ਪਿਆਲੇ ਤਾਂ ਕਿ ਕੀੜੇ ਮਕੌੜੇ ਜਿਹੜੇ ਨੇ ਉਹ ਪਾਵਿਆਂ ਦੇ ਜ਼ਰੀਏ ਉੱਤੇ ਨਾ ਚੜਨ? ਬਿਹਤਰ ਉਹ ਹੀ, ਸਭ ਤੋਂ ਬਿਹਤਰ ਉਹ ਪਾਣੀ ਵਾਲੇ ਤਾਂ ਕਿ ਪਾਣੀ ਤੋਂ ਕੀੜੇ ਬਚੇ ਰਹਿਣ। ਅਗਰ ਪਾਣੀ ਨਹੀਂ ਆ ਸਕਦਾ ਤੁਸੀਂ ਉਸਦੇ ਮਤਲਬ ਮਾਮੂਲੀ ਜਾਂ ਤੇਲ ਵਗੈਰਾ ਜਾਂ ਕਿਸ ਚੀਜ਼ ਦੀ ਕਿ ਜੇ ਕੀੜਾ ਉੱਤੇ ਨਾ ਕੀੜੀ ਪਾਵਿਆਂ ਨੂੰ ਤੇਲ ਨਾਲ ਚੋਪੜ ਦੇਈਏ। ਅੱਛਾ ਇੱਕ ਚੀਜ਼ ਤਾਂ ਹੋ ਗਈ, ਦੂਸਰਾ ਇਹ ਦੱਸੋ ਇਹ ਮਚਾਨ ਜਿਹੜੀ ਬਣਾਉਂਦੇ ਹਾਂ ਜਾਂ ਪਲੇਟਾਂ ਬਣਾਉਂਦੇ ਹਾਂ ਜਿਹਦੇ ਉੱਤੇ ਕੀੜੇ ਰੱਖੀ ਦੇ, ਇਹ ਥੱਲੇ ਨਹੀਂ ਡਿੱਗਦੇ ਕੀੜੇ? ਨਹੀਂ ਕੀੜੇ ਥੱਲੇ ਤਕਰੀਬਨ ਨਹੀਂ ਡਿੱਗਦੇ, ਅਗਰ ਜ਼ਿਆਦਾ ਕੋਈ ਜ਼ਿਆਦਾ ਮਿਕਦਾਰ ਵਿੱਚ ਹੋ ਜਾਣ ਡਿੱਗਣਾ ਸ਼ੁਰੂ ਹੋ ਜਾਣ ਤਾਂ ਫਿਰ ਥੋੜ੍ਹਾ ਜਿਹਾ ਉਹਨਾਂ ਨੂੰ ਸਾਈਡਾਂ ਤੋਂ ਕੋਈ ਚੀਜ਼ ਲਾ ਦਈਏ, ਉੱਚਾ ਕਰ ਦਈਏ, ਲਾ ਦਿਓ ਜਾਂ ਉਹਨਾਂ ਨੂੰ ਇਤਿਹਾਤ ਨਾਲ ਇਕੱਠੇ ਕਰਕੇ ਅਤੇ ਖੁਰਾਕ ਦੇ ਦਿਓ, ਖੁਰਾਕ ਦੇ ਦਿਓ। ਸਹੀ। ਅਤੇ ਇਹਨਾਂ ਨੂੰ ਬਿਮਾਰੀਆਂ ਕੀ ਕੀ ਲੱਗ ਸਕਦੀਆਂ ਨੇ? ਇਹਨਾਂ ਨੂੰ ਬਿਮਾਰੀਆਂ ਸਾਡੇ ਮਹਿਕਮਾਨਾ ਹੈ ਫਲੈਚਰੀ ਪੈਬਰੀਨ, ਇਹ ਦੋ ਬਿਮਾਰੀਆਂ ਨੇ। ਔਰ ਇਹਨਾਂ ਦੀ ਅਲਾਮਾਤ ਕੀ ਹੁੰਦੀਆਂ ਨੇ? ਅਲਾਮਾਤ ਇਹ ਕਿ ਕੀੜਾ ਥੋੜ੍ਹਾ ਮਤਲਬ ਖੁਰਾਕ ਖਾਣਾ ਛੱਡ ਦਿੰਦਾ ਹੈ, ਛੋਟਾ ਹੋ ਜਾਂਦਾ ਹੈ, ਰੰਗ ਚੇਂਜ ਕਰ ਦਿੰਦਾ ਹੈ, ਮੂੰਹ 'ਚ ਪਾਣੀ ਜਾਂ ਮਾਦਾ ਵਗੈਰਾ ਨਿਕਲਣਾ ਸ਼ੁਰੂ ਹੋ। ਔਰ ਉਹਦਾ ਇਲਾਜ ਕੀ ਹੈ? ਉਹਦਾ ਇਲਾਜ ਮੁਖਤਲਿਫ ਵਕਤ ਦੇ ਲਿਹਾਜ਼ ਨਾਲ ਮੁਖਤਲਿਫ ਆ, ਕੋਈ ਪਹਿਲਾਂ ਤਾਂ ਸਫਾਈ ਸੁਥਰਾ ਹੀ ਹੈ, ਉਸ ਬਿਹਤਰੀਨ ਖੁਰਾਕ ਹੈ ਉਹਦੀ ਸਫਾਈ ਦਾ ਫਾਰਮਾਲੀਨ। ਹਾਂ ਫਾਰਮਾਲੀਨ ਹੈ, ਬਿਲਕੁਲ ਫਾਰਮਾਲੀਨ ਨੂੰ ਤੁਸੀਂ ਖੁਰਾਕ ਵਿੱਚ ਵੀ ਇਸਤੇਮਾਲ ਕਰ ਸਕਦੇ ਹੋ, ਛਿੜਕਾਓ ਵੀ ਕਰਕੇ ਅਤੇ ਉਹਦੇ ਤੋਂ ਬਿਹਤਰੀਨ ਕੀੜਿਆਂ ਨੂੰ ਬਚਾਇਆ ਜਾ ਸਕਦਾ, ਬਚਾਇਆ ਜਾ ਸਕਦਾ। ਇਸ ਤੋਂ ਅੱਗੇ ਫਿਰ ਇਹ ਵੀ ਅਗਰ ਤੁਸੀਂ ਡੈਕਾਡਰਾਨ ਟੀਕਾ ਹੈ, ਡੈਕਾਡਰਾਨ ਨਹੀਂ ਸੋਰੀ ਕੋਈ ਹੈ ਟੀਕਾ, ਉਹ ਮਤਲਬ ਉਸਨੂੰ ਵੀ ਦਵਾਈ 'ਚ ਮਿਲਾ ਕੇ ਪਾਣੀ 'ਚ ਮਿਲਾ ਕੇ ਉਹ ਵੀ ਤੁਸੀਂ ਇਸਤੇਮਾਲ ਦਿੱਤਾ ਜਾ ਸਕਦਾ। ਇਹ ਨੀਂਦ ਕਿਤਨਾ ਅਰਸਾ ਕਰਦਾ? ਇਹ ਨੀਂਦ ਮੁਖਤਲਿਫ ਸਟੇਜ 'ਤੇ ਮੁਖਤਲਿਫ ਤਰੀਕੇ ਨਾਲ ਕਰਦਾ, ਪਹਿਲਾਂ ਇਬਤਦਾਈ ਜਿਹੜੀ ਉਹ ਤਕਰੀਬਨ 21-22 ਘੰਟੇ, ਫਿਰ ਅਗਲੀ ਸਟੇਜ 'ਤੇ ਘੰਟਾ ਦੋ
ਹੋਰ ਵੱਧ ਜਾਏਗਾ, ਫਿਰ 24 ਘੰਟੇ, ਫਿਰ ਤੱਕ 24 ਤੋਂ 48 ਘੰਟੇ ਤੱਕ ਵੀ ਜਾ ਸਕਦਾ। ਇਹ 30 ਦਿਨਾਂ ਦੇ ਵਿੱਚ ਕਿੰਨੀ ਦਫ਼ਾ ਨੀਂਦ ਕਰ ਲੈਂਦਾ? 4 ਦਫ਼ਾ। ਉਸ ਦੌਰਾਨ ਇਹਦਾ ਖਾਣਾ ਪੀਣਾ ਬੰਦ ਹੁੰਦਾ? ਖੁਰਾਕ ਦੇ ਦੌਰਾਨ ਖਾਣਾ ਪੀਣਾ। ਉਸ ਟਾਈਮ ਖੁਰਾਕ ਪਾਣੀ ਹੀ ਨਹੀਂ ਚਾਹੀਦੀ ਜਾਂ ਖੁਰਾਕ ਪਈ ਰਹੇ? ਨਹੀਂ, ਖੁਰਾਕ ਮੱਠੀ ਮੱਠੀ ਪਾਉਣੀ ਚਾਹੀਦੀ, ਜਿਹੜੇ ਨਹੀਂ ਸੁੱਤੇ ਉਹ ਮਤਲਬ ਖੁਰਾਕ। ਅੱਛਾ, ਸਾਰੇ ਇੱਕ ਟਾਈਮ ਤੇ ਨਹੀਂ ਸੌਂਦੇ? ਕੁਛ ਵੀ ਚੂਚਾਂ ਦੇ ਕੀੜੇ ਰਹਿ ਜਾਂਦੇ ਤਾਂ ਕਿ ਉਹ ਖੁਰਾਕ ਖਾਂਦੇ ਰਹਿਣ, ਬਾਅਦ ਹੀ ਪੈਦਾ ਹੁੰਦੇ ਨੇ। ਸਫਾਈ ਕਿੰਨੇ ਦਿਨਾਂ ਬਾਅਦ ਕਰਨੀ ਚਾਹੀਦੀ ਹੈ ਮਚਾਉਣ ਦੀ? ਸਫਾਈ ਤਾਂ ਸਰ ਜੀ ਜੇ ਟਾਈਮ ਹੋਵੇ ਤਾਂ ਬੇਸ਼ੱਕ ਤੁਸੀਂ ਹਰ ਰੋਜ਼ ਕਰੋ, ਨਹੀਂ ਤਾਂ ਅਸੀਂ ਤਾਂ ਮਤਲਬ ਨਹੀਂ ਅੱਪੜ ਸਕਦੇ, ਦੂਸਰੇ ਤੋਂ ਤੀਸਰੇ ਦਿਨ ਵੀ ਕਰ ਲਈ ਦੀ। ਇਹ ਜਿਹੜਾ ਇੱਕ ਪੈਕਟ ਹੈ 20,000 ਆਂਡੇ, ਇੱਕ ਵਿਘੇ ਤੋਂ ਪਾਲੇ ਜਾ ਸਕਦੇ ਨੇ, ਯਾਨੀ ਇੱਕ ਵਿਘੇ ਨਾਲ। ਇਹਦੇ ਪਾਲਣ ਵਾਸਤੇ, ਸੰਭਾਲਣ ਵਾਸਤੇ ਕਿੰਨੇ ਬੰਦੇ ਚਾਹੀਦੇ ਨੇ? ਇਬਤਦਾਈ ਜਦੋਂ ਛੋਟਾ ਕੀੜਾ ਹੁੰਦਾ ਹੈ ਉਦੋਂ ਤਾਂ ਮਾਮੂਲੀ ਛੋਟੀ ਛੋਟੀ ਬਰੀਕ ਕੱਟ ਕੇ ਤਾਂ ਤੁਸੀਂ ਆਸਾਨੀ ਨਾਲ ਪਾ ਸਕਦੇ ਹੋ। ਚੱਲਦੇ ਮਤਲਬ ਇਸ ਤਰੀਕੇ ਨਾਲ ਆਪਣੇ ਪੀਰੀਅਡ ਜਦੋਂ ਪੂਰਾ ਕਰਦਾ ਜਾਂਦਾ ਹੈ ਅਤੇ ਚੌਥੀ ਨੀਂਦ ਤੋਂ ਬਾਅਦ ਤਕਰੀਬਨ 2 ਆਦਮੀ ਅੱਛੇ ਹੋਣੇ ਚਾਹੀਦੇ ਨੇ ਚੌਥੀ ਨੀਂਦ ਤੋਂ ਬਾਅਦ। ਹਾਂ, ਜਾਂ ਮਰਦ ਬਾਹਰੋਂ ਪੱਤੇ ਲੈ ਕੇ ਖੁਰਾਕ ਲਿਆਵੇ, ਅੱਗੋਂ ਬੱਚੇ ਨੇ ਜਾਂ ਬੀਬੀਆਂ ਨੇ ਉਹ ਖੁਰਾਕ ਕੱਟ ਕੇ ਉਹਨਾਂ ਨੂੰ ਪਾ ਸਕਦੇ ਨੇ ਬਆਸਾਨੀ। ਸਫਾਈ ਸੁਥਰਾਈ ਵੀ ਉਹ ਕਰ ਸਕਦੇ ਨੇ ਘਰ ਦਾ, ਉਹ ਆਸਾਨੀ ਨਾਲ ਕਰ ਸਕਦੇ। 2-3 ਵੀ ਉਹ ਅਫਰਾਦ ਪਾਲ ਕੇ ਆਸਾਨੀ ਨਾਲ ਪਾਲ ਸਕਦਾ ਹੈ। ਇਹ ਘਰੇਲੂ ਸਨਅਤ ਹੈ, ਘਰੇਲੂ ਸਨਅਤ। ਇਹਦਾ ਅਸਲ ਇੱਕ ਸਾਡੀ ਫਾਇਦਾ ਇਹ ਸੀ ਨਾ ਕਿ ਹੁਣ ਤਾਂ ਮਤਲਬ ਥ੍ਰੈਸ਼ਰ ਆ ਗਈਆਂ, ਮਸ਼ੀਨਾਂ ਆ ਗਈਆਂ, ਰੈਪਰ ਆ ਗਏ, ਕਣਕ ਕਟਾਈ ਵਾਲੇ। ਨਹੀਂ ਤਾਂ ਪਹਿਲਾਂ ਲੋਕ ਇਸ ਤਰ੍ਹਾਂ ਕਰਦੇ ਸੀ ਬਈ ਪਹਿਲੇ ਰੇਸ਼ਮ ਪਾ ਲੈਂਦੇ ਸੀ, ਇੱਧਰੋਂ ਇਹ ਮੌਕੇ 'ਤੇ ਇਹ ਖਤਮ ਹੋ ਜਾਂਦਾ ਸੀ, ਨਾਲ ਕਟਾਈ ਕਰ ਲੈਂਦੇ ਸੀ, ਕੁਛ ਦਾਣੇ ਕਟਾਈ ਕਰਕੇ ਬਣਾ ਲੈਂਦੇ ਸੀ ਅਤੇ ਕੁਛ ਇੱਧਰੋਂ ਇਹ ਪੈਸੇ ਹੁੰਦੇ ਸੀ, ਉਹ ਆਉਂਦੇ ਸਾਲ ਦੀ ਆਪਣੀ ਰੋਜ਼ੀ ਕਾਰ ਆ ਜਾਂਦੇ ਸੀ। ਇਹ ਜਿਹੜੀਆਂ ਟੂਟੀਆਂ ਬਣਦੀਆਂ ਨੇ ਜਿਹਨੂੰ ਕੋਕੋਨ ਵੀ ਕਹਿੰਦੇ ਨੇ, ਹਾਂਜੀ ਕੋਕੋਨ, ਇਹ ਕਿਸ ਰੇਟ 'ਤੇ ਵਿਕਦੇ ਨੇ? ਇਹ ਸਰ ਜੀ ਹੁਣ ਤਾਂ ਸਾਡੇ ਕੋਲ ਤਾਂ ਇੱਥੇ ਮਤਲਬ 700-800 ਨੂੰ ਵਿਕਦੇ ਰਹਿਣ। 700-800 ਨੂੰ ਕਿਲੋ? ਕਿਲੋ 35 ਕਿਲੋ ਅਗਰ ਹੈ ਤਾਂ ਯਾਨੀ 24-25 ਹਜ਼ਾਰ ਰੁਪਇਆ ਇੱਕ ਬੰਦਾ ਆਰਾਮ ਨਾਲ ਕਮਾ ਸਕਦਾ ਇੱਕ ਪੈਕਟ ਪਾਲ ਕੇ। ਇਹਦੇ 'ਤੇ ਖਰਚਾ ਸਿਰਫ ਇਹ ਆਉਂਦਾ ਜਿਹੜਾ ਅੰਡਿਆਂ ਦਾ ਔਰ ਪਰਮਟ ਦਾ, ਬਾਕੀ ਉਹਦੀ ਮਿਹਨਤ ਹੈ ਜਿਹੜੇ ਪੱਤੇ ਲੈ ਕੇ ਜਾਣੇ, ਉਹਨੂੰ ਸਫਾਈ ਸੁਥਰਾਈ ਔਰ ਉਹਦੀ ਕੇਅਰ ਕਰਨੀ ਹੈ। ਯਾਨੀ ਘਰੇਲੂ ਸਨਅਤ ਦੇ ਤੌਰ 'ਤੇ ਇਸ ਨੂੰ ਕੀਤਾ ਜਾ ਸਕਦਾ, ਖਾਸ ਤੌਰ 'ਤੇ ਮਾਈਆਂ ਨੂੰ ਪ੍ਰਮੋਟ ਕੀਤਾ ਜਾ ਸਕਦਾ। ਬੱਚੇ ਨਾਲ ਹੈਲਪ ਦੇ ਤੌਰ 'ਤੇ ਬੀਬੀਆਂ ਬਹੁਤ ਜ਼ਿਆਦਾ ਇਹਦੇ 'ਚ ਹਿੱਸਾ ਲੈ ਕੇ ਕਰ, ਇਹਦੇ ਗਾਹਕ ਆਸਾਨੀ ਨਾਲ ਮਿਲ ਜਾਂਦੇ ਨੇ? ਬਹੁਤ ਆਸਾਨੀ ਨਾਲ ਸਾਡੇ ਮਹਿਕਮੰਡੇ ਦੇ ਥਰੂ ਵੀ, ਅਗਰ ਕਿਸੇ ਨੂੰ ਨਹੀਂ ਅਵੇਲੇਬਲ ਕੋਈ ਖਰੀਦਣੇ ਵਾਲਾ ਤਾਂ ਸਾਡੇ ਨਾਲ ਰਾਬਤਾ ਕਰੇ, ਅਸੀਂ ਉਹਨੂੰ ਮਤਲਬ ਬੰਦਾ ਭੇਜ ਕੇ ਅਤੇ ਉਹ ਵਪਾਰੀ ਵਗੈਰਾ ਉਹਦੇ ਫਰੋਖਤ ਕਰਵਾ। ਸੈਰੀਕਲਚਰ ਦੇ ਦਫ਼ਤਰ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਨੇ? ਡਿਪਟੀ ਡਾਇਰੈਕਟਰ ਤੇ ਲਾਹੌਰ, ਲਾਹੌਰ ਬੈਠਦੇ ਨੇ, ਠੀਕ ਹੈ। ਰਾਵੀ ਰੋਡ ਤੇ? ਨਹੀਂ ਨਹੀਂ, ਮੈਂ ਪੁੱਛ ਰਿਹਾ ਛੋਟੇ ਜਿੱਥੋਂ ਯਾਨੀ ਅੰਡੇ ਮਿਲ ਸਕਦੇ ਨੇ, ਜਿਵੇਂ ਹੁਣ ਇਹ ਚੀਚਾ ਵਤਨੀ ਹੈ, ਖਾਨੇਵਾਲ ਦੇ ਵਿੱਚ ਪੀਰੋਵਾਲ ਹੈ, ਇਸ ਤੋਂ ਇਲਾਵਾ ਤੁਸੀਂ ਕਿਹੜੀ ਕਿਹੜੀ ਜਗ੍ਹਾ ਜਿਹੜੀ ਜਾਣਦੇ ਹੋ? ਕਮਾਲੀਆ ਹੈ। ਕਮਾਲੀਆ ਵੀ ਹੈ ਜੀ, ਕਮਾਲੀਆ ਸਾਡੇ ਫੀਲਡ ਦੇ ਬੰਦੇ ਨੇ 2। ਇਸ ਤੋਂ ਇਲਾਵਾ ਰਜਾਣਾ ਹੈ। ਰਜਾਣੇ ਵੀ ਹੈ, ਠੀਕ ਹੈ। ਰਜਾਣਾ ਕਹਿ ਲਓ, ਬਾਗਟ ਕਹਿ ਲਓ, ਪਲਾਂਟੇਸ਼ਨ, ਹਾਂ ਬਾਗਟ, ਠੀਕ ਹੈ। ਫੈਸਲਾਬਾਦ ਹੈ। ਫੈਸਲਾਬਾਦ ਡਫਰ ਹੈ। ਡਫਰ ਕਿਹੜੀ ਜਗ੍ਹਾ ਤੇ? ਡਫਰ ਬਾਰ ਮੂਸੇ 26 ਚੱਕ ਅੱਡਾ ਹੈ, ਉੱਥੇ ਸਾਡਾ। ਅੱਛਾ, ਉੱਥੇ ਵੀ ਹੈ। ਅੱਛਾ, ਮੰਡੀ ਬਹਾਉਦੀਨ ਵਾਲੀ ਸਾਈਡ। ਪਾਕਿਸਤਾਨ ਦੇ ਉਹ ਵੱਡੇ ਮਰਾਕਜ਼ ਕਿਹੜੇ ਨੇ ਜਿੱਥੇ ਯਾਨੀ ਇਹਦੀ ਕੀੜੇ ਪਾਲੇ ਜਾਂਦੇ ਨੇ? ਇੱਕ ਤਾਂ ਛਾਂਗਾ ਮਾਂਗਾ ਸਭ ਤੋਂ ਸਾਰੇ ਫਹਿਰਿਸਤ ਹੈ, ਸਭ ਤੋਂ ਜ਼ਿਆਦਾ ਉੱਥੇ। ਉਸ ਤੋਂ ਇਲਾਵਾ ਦੂਸਰਾ ਚੀਚਾ ਵਤਨੀ, ਤੀਸਰਾ ਡਫਰ, ਮੰਡੀ ਬਹਾਉਦੀਨ, ਸਹੀ। ਅਤੇ ਇਹਦਾ ਸੀਜ਼ਨ ਕਿਹੜੇ ਟਾਈਮ ਤੋਂ ਲੈ ਕੇ ਕਿਹੜੇ ਟਾਈਮ ਤੱਕ ਹੈ? ਇਹਦਾ ਜੀ ਮੌਸਮੇ ਬਹਾਰ ਜੀ, ਮੌਸਮੇ ਬਹਾਰ ਫਰਵਰੀ 10 ਫਰਵਰੀ ਤੋਂ ਲੈ ਕੇ ਅਤੇ 31 ਮਾਰਚ 10 ਅਪ੍ਰੈਲ ਤੱਕ। 10 ਅਪ੍ਰੈਲ ਸਾਲ 'ਚ ਇੱਕ ਮਰਤਬਾ ਦਫ਼ਾ। ਖਜ਼ਾਨ 'ਚ ਵੀ ਅਗਰ ਤੁਹਾਡੇ ਕੋਲ ਮੌਸਮ ਦੇ ਲਿਹਾਜ਼ ਨਾਲ ਅਗਰ ਤੁਸੀਂ ਉਹਨੂੰ ਅਵੇਲੇਬਲ ਕਰ ਸਕਦੇ ਹੋ, ਗਰਮੀ ਨੂੰ ਦਾ ਹਥੋੜ ਹੈ ਤੁਹਾਡੇ ਕੋਲ, ਪੱਤਾ ਅੱਛਾ ਉਹਦੇ ਮਿਆਰ ਦਾ ਮਤਲਬ ਮਿਲ ਜਾਏ, ਖਜ਼ਾਨ 'ਚ ਵੀ ਪਲ ਸਕਦੇ, ਲੇਕਿਨ ਉਹਦੇ 'ਤੇ ਖਰਚਾ ਜਾਂ ਉਸ 'ਤੇ ਉਹ ਮਤਲਬ ਮਿਹਨਤ ਜ਼ਿਆਦਾ ਕਰਨੀ ਪੈਂਦੀ। ਇਹਦਾ ਜਿਹੜਾ ਟੈਂਪਰੇਚਰ ਹੈ ਮੇਰੇ ਖਿਆਲ 28 ਡਿਗਰੀ ਰੱਖਣਾ ਪੈਂਦਾ, ਮਤਲਬ 24-25। 24-25 ਡਿਗਰੀ, ਬੇਸ਼ੱਕ ਗਰਮੀਆਂ 'ਚ ਇਤਨਾ ਟੈਂਪਰੇਚਰ ਅਵੇਲੇਬਲ ਕਰ ਲਓ ਅਤੇ ਬੇਸ਼ੱਕ ਸਰਦੀਆਂ 'ਚ ਇਸ ਟੈਂਪਰੇਚਰ 'ਤੇ ਅੱਛੇ ਪਲ ਜਾਂਦੇ ਨੇ। ਅਗਰ ਕੋਈ ਬੰਦਾ ਆਪਣੀ ਜਗ੍ਹਾ ਦੇ ਉੱਤੇ ਸ਼ਤੂਤ ਲਾ ਲੈਂਦਾ, ਉਹ ਸਾਲ ਦੇ ਵਿੱਚ 2 ਮਰਤਬਾ ਪਾਲ ਸਕਦਾ? ਹਾਂ ਬਿਲਕੁਲ ਪਾਲ ਸਕਦਾ, ਅਗਰ ਬਹਾਰ 'ਚ ਤਾਂ ਆਸਾਨੀ ਹੈ ਨਾ, ਬਹਾਰ 'ਚ ਤਾਂ ਬਹੁਤ ਆਸਾਨੀ ਹੋ ਗਈ ਨਾ। ਬਾਕੀ ਅਗਰ ਬੰਦੇ ਦੇ ਕੋਲ ਪੱਤੇ ਅਵੇਲੇਬਲ ਨੇ, ਮਿਸਾਲ ਦੇ ਤੌਰ 'ਤੇ 1 ਵਿਘੇ 'ਤੇ ਅਗਰ ਉਹ 1 ਪੈਕਟ ਪਾਲ ਸਕਦਾ ਜਾਂ 1 ਕਿੱਲੇ 'ਤੇ 2 ਪੈਕਟ ਪਾਲ ਸਕਦਾ, ਤਾਂ ਕਿਆ ਮੌਸਮੇ ਖਜ਼ਾਨ 'ਚ ਮੁਮਕਿਨ ਹੈ ਕਿ ਉਹ 1 ਕਿੱਲੇ ਦੇ ਉੱਤੇ 1 ਪੈਕਟ ਪਾਲ ਲਵੇ? ਮਤਲਬ
ਥੋੜਾ ਜਿਹਾ ਨਾ ਪੱਤਾ ਉਸ ਸੀਜ਼ਨ ਵਿੱਚ ਸਖਤ ਹੋ ਜਾਂਦਾ ਨਾ, ਹਾਰਡ ਹੋ ਜਾਂਦਾ, ਹਾਰਡ ਹੋ ਜਾਂਦਾ ਅਤੇ ਉਹ ਥੋੜ੍ਹੀ ਜਿਹੀ ਮਿਹਨਤ ਕਰਨੀ ਪੈਂਦੀ ਕਿ ਪੱਤੇ ਨੂੰ ਮਤਲਬ ਤੂਤ ਨੂੰ ਤੁਸੀਂ ਪਾਣੀ ਦੇ ਦਿਓ, ਕਟਾਈ ਕਰਕੇ ਅੱਛੀਆਂ ਕੌਂਪਲਾਂ ਨਿਕਲ ਆਵਣ, ਤਾਜ਼ਾ ਪੱਤਾ ਮਹਿਸੂਸ ਹੋਵੇ, ਨਰਮ ਹੋਵੇ, ਉਹ ਫਿਰ ਬਆਸਾਨੀ ਕੀੜਾ ਖਾ ਕੇ ਅਤੇ ਉਹ ਮਤਲਬ ਪਲ ਸਕਦਾ, ਪਲ ਸਕਦਾ। ਅੱਛਾ, ਇਹ ਜਿਹੜਾ ਸ਼ਹਿਤੂਤ ਇਸ ਟਾਈਮ ਜਿਹੜਾ ਜੰਗਲ ਲਾਇਆ ਤੁਸੀਂ, ਇਹਨੂੰ ਕੋਈ ਖਾਦ ਵਗੈਰਾ ਵੀ ਦਿੰਦੇ ਹੋ? ਨਹੀਂ, ਜ਼ਰੂਰਤ ਦੇ ਮੁਤਾਬਕ ਜਿਹੜੇ ਨਰਸੀਆਂ ਨੇ ਜਾਂ ਇਬਤਦਾਈ ਜਦੋਂ ਲਾਇਆ ਜਾਂਦਾ ਉਦੋਂ ਕੋਈ ਥੋੜ੍ਹੀ ਬਹੁਤੀ ਲਾਈ ਜਾਂਦੀ। ਹੁਣ ਇਹਨੂੰ ਸਿਰਫ ਪਾਣੀ ਦਿੱਤਾ ਜਾਂਦਾ ਜਾਂਦਾ ਅਤੇ ਸਫਾਈ ਸੁਥਰਾਈ ਕਰੀ ਜਾਂਦੀ ਕਿ ਜੰਗਲੀ ਜੜੀ ਬੂਟੀਆਂ ਵਗੈਰਾ ਸਫਾ ਸਫੂ ਕਰਾ ਲਏ। ਅੱਛਾ, ਹੁਣ ਇਹ ਜਿਹੜਾ ਪੌਦਾ ਹੈ, ਦਰਖਤ ਹੈ, ਇਹ ਬਹੁਤ ਸਾਰੇ ਯਾਨੀ ਇੱਕ ਤੋਂ ਕਈ ਬਣ ਗਏ ਨੇ, ਇਹਦੀ ਹੁਣ ਤੁਸੀਂ ਕਟਾਈ ਕਰ ਦਿਓਗੇ ਵੀ ਇਹ ਇੱਕ ਰਹਿ ਜਾਵੇ ਜਾਂ ਇਹ ਸਾਰੇ ਇਵੇਂ ਲੱਗੇ ਰਹਿਣਗੇ? ਨਹੀਂ, ਇਹਦੀ ਗੌਰਮੈਂਟ ਨੇ ਕਰਨੀ ਹੈ ਨਿਲਾਮੀ। ਅੱਛਾ, ਅਤੇ ਉਹ ਛਿੜੀਆਂ ਵਗੈਰਾ ਵਾਲੇ ਜਾਂ ਬਾਲਣ ਵਗੈਰਾ ਵਾਲੇ ਦੀ ਕਟਾਈ ਕਰਨਗੇ ਅਤੇ ਦੁਬਾਰਾ ਇਸ ਨੇ ਇਹ ਜ਼ਿਆਦਾ ਹੀ ਫੁੱਟਣਾ, ਬਹੁਤ ਜ਼ਿਆਦਾ ਫੁੱਟਣਾ। ਅਗਰ ਕੋਈ ਬੰਦਾ ਇਹ ਸੋਚੇ ਕਿ ਯਾਰ ਮੇਰੇ ਕੋਲ ਕਿੱਲਾ ਪਿਆ, ਮੈਂ ਇੱਥੇ ਇਹਦਾ ਬਾਗ ਲਾ ਲੈਣਾ ਜਾਂ ਜੰਗਲ ਲਾ ਲੈਣਾ, ਰੇਸ਼ਮ ਵੀ ਪਾਲਾਂਗਾ, ਜਦੋਂ ਰੇਸ਼ਮ ਦਾ ਟਾਈਮ ਖਤਮ ਹੋ ਜਾਏਗਾ ਮੈਂ ਇਹਦੇ ਸ਼ਹਿਤੂਤ ਵੀ ਵੇਚਾਂਗਾ, ਉਹਦੇ ਵਾਸਤੇ ਕਿਹੜਾ ਬਿਹਤਰੀਨ ਦਰਖਤ ਹੈ ਜਿਹੜਾ ਯਾਨੀ ਫਲ ਵੀ ਦੇਵੇ? ਯਾਨੀ ਇੱਕ ਟਾਈਮ ਤਾਂ ਚਲੋ ਰੇਸ਼ਮ ਪਾਲ ਲਈ, ਉਸ ਤੋਂ ਬਾਅਦ ਸ਼ਹਿਤੂਤ ਵੇਚ ਲਿਆ, ਉਹ ਸ਼ਹਿਤੂਤ ਕਿਹੜਾ ਸਭ ਤੋਂ ਬਿਹਤਰੀਨ ਹੈ ਤੁਹਾਡੀ ਸਮਝ 'ਚ? ਨਹੀਂ, ਉਹ ਜਿਹੜਾ ਇੱਥੇ ਤਾਂ ਸਾਡੇ ਕੋਲ ਤਾਂ ਖਰੀਦੋ ਫਰੋਖਤ ਫਲ ਦੀ ਤਾਂ ਨਹੀਂ ਹੁੰਦੀ, ਇਹਦਾ ਸਾਡੇ ਮਹਿਕਮੇ ਦਾ ਤਾਂ ਕੋਈ ਨਹੀਂ। ਉਹ ਪ੍ਰਾਈਵੇਟ ਅਗਰ ਕੋਈ ਬੰਦਾ ਕਰਨਾ ਚਾਹੇ, ਉਹ ਅਗਰ ਕੋਈ ਲਾਉਂਦਾ ਹੈ ਤਾਂ ਇੱਕ ਮਤਲਬ ਨਰਸੀ 'ਚੋਂ ਫਾਰਮੀ ਮਿਲਦਾ ਹੈ, ਫਾਰਮੀ ਸ਼ਹਿਤੂਤ ਕੀਤਾ ਆ, ਪੈਵੰਦ ਕੀਤਾ ਉਸ ਨੂੰ ਸ਼ਰਬਤ ਸਿਆਲੇ। ਹਾਂ ਹਾਂ, ਉਹ ਖਰੀਦਦੇ ਨਹੀਂ, ਬਾਜ਼ਾਰਾਂ 'ਚ ਵੀ ਵਿਕਦਾ। ਮੈਂ ਦੇਖਿਆ, ਮੈਂ ਅਗਲੇ ਦਿਨ ਗਿਆ ਉੱਥੇ ਸਵਾਦ ਗਿਆ ਵਾ, ਮੈਂ ਉੱਥੇ ਨਾ ਉਹ ਸੁੱਕਿਆ ਸ਼ਹਿਤੂਤ ਵੇਚ ਰਿਹਾ ਸਨ, ਉਹ ਯਾਨੀ ਖੁਸ਼ਕ ਕਰਕੇ ਡਰਾਈ ਫਰੂਟ ਦੇ ਤੌਰ 'ਤੇ ਉਹਨੂੰ ਵੇਚ ਰਹੇ ਸਨ, ਬੜਾ ਮਹਿੰਗਾ ਵੇਚ ਰਹੇ, 500 ਰੁਪਏ ਕਿਲੋ। ਨਹੀਂ, ਉਹ ਜਿਹੜਾ ਦੇਸੀ ਹੁੰਦਾ ਨਾ, ਉਸਦਾ ਬੀਜ ਸਫੈਦ ਰੰਗ ਦਾ ਜਿਹੜਾ, ਅਗਰ ਉਹਨੂੰ ਤੁਸੀਂ ਬਰ ਵਕਤ ਇਕੱਠਾ ਕਰਕੇ ਅਤੇ ਇਹ ਮਤਲਬ ਸਾਏਦਾਰ ਜਗ੍ਹਾ 'ਤੇ, ਗਰਮੀ 'ਚ ਧੁੱਪ 'ਤੇ ਨਹੀਂ ਅਤੇ ਹਬਸ 'ਚ ਵੀ ਨਹੀਂ, ਅਗਰ ਤੁਸੀਂ ਸਾਏਦਾਰ ਜਗ੍ਹਾ 'ਤੇ ਬੜਾ ਉਹਨੂੰ ਨਮੀ ਤੋਂ ਬਚਾ ਕੇ, ਬਹੁਤ ਤੇਜ਼ ਗਰਮੀ ਤੋਂ ਬਚਾ ਕੇ, ਫੰਗਸ ਤੋਂ ਬਚਾ ਕੇ, ਕਿਸੇ ਬਿਮਾਰੀ ਤੋਂ ਬਚਾ ਕੇ, ਸਾਫ਼ ਸੁਥਰੀ ਜਗ੍ਹਾ 'ਤੇ ਅਗਰ ਮੈਂ ਤੁਸੀਂ ਉਹਨੂੰ ਉਸ ਤਰੀਕੇ ਨਾਲ ਡਰਾਈ ਫਰੂਟ ਕਰ ਸਕਦੇ ਹੋ ਕਿਸੇ ਕੋਲ ਪੁੱਛ ਕੇ, ਤਾਂ ਉਹ ਤੁਹਾਨੂੰ ਸਹੂਲਤ ਹੈ। ਆਪਣਾ ਸਰਕਾਰੀ ਤੌਰ 'ਤੇ ਕਿਸੇ ਜਗ੍ਹਾ ਖਜੂਰ ਦੇ ਬਾਗ ਵੀ ਲੱਗੇ ਨੇ? ਨਹੀਂ ਨਹੀਂ, ਕੋਈ ਨਹੀਂ, ਸਾਡੇ ਨੇ। ਅਬਦੁਲ ਹਮੀਦ ਭਾਈ, ਤੁਸੀਂ ਇੱਥੋਂ ਚੀਚਾ ਪਤਨੀ ਦੇ ਹੋ? ਜੀ ਜੀ। ਨਹੀਂ, ਹਾਂਜੀ, ਡਿਊਟੀ ਮੇਰੀ ਇੱਥੋਂ ਦੀ ਹੈ ਅਤੇ ਚੀਚਾ ਪਤਨੀ ਅਤੇ ਜਿੱਥੇ ਖੜ੍ਹੇ ਹੈ, ਹਾਂ, ਅਤੇ ਪਿੱਛੇ ਆਪਣਾ ਜ਼ਾਤੀ ਦਾ ਮਾਮਲਾ ਮੇਰਾ ਸ਼ੇਖਪੁਰੇ। ਅੱਛਾ, ਸ਼ੇਖਪੁਰੇ। ਹਮੀਦ ਭਾਈ, ਕੋਈ ਬੰਦਾ ਤੁਹਾਡੇ ਕੋਲੋਂ ਮਾਲੂਮਾਤ ਲੈਣਾ ਚਾਹੇ, ਰਹਿਨੁਮਾਈ ਲੈਣਾ ਚਾਹੇ, ਤੇ ਤੁਸੀਂ ਆਪਣਾ ਫੋਨ ਨੰਬਰ ਦੇ ਸਕਦੇ ਹੋ? ਕਿਸ ਕਿਸਮ ਦੀ ਰਹਿਨੁਮਾਈ? ਇਸੇ ਮੁਤਲਕ, ਰੇਸ਼ਮ ਸਾਜ਼ੀ ਦੇ ਮੁਤਲਕ ਜਾਂ ਸ਼ਹਿਤੂਤ ਦੇ ਮੁਤਲਕ, ਇਸ ਤੋਂ ਇਲਾਵਾ ਨਹੀਂ? ਹਾਂ, ਠੀਕ ਹੈ ਜੀ। ਆਪਣਾ ਅਤੇ ਨਾਲੇ ਮੈਨੂੰ ਟਾਈਮ ਵੀ ਦੱਸ ਦੇਣਾ ਵੀ ਤੁਹਾਨੂੰ ਕਿਸ ਟਾਈਮ ਤੋਂ ਲੈ ਕੇ ਕਿਸ ਟਾਈਮ ਤੱਕ ਫੋਨ ਕੀਤਾ, ਇਹ ਨਾ ਮੈਨੂੰ ਰਾਤੀ 12 ਵਜੇ ਸੁੱਤੇ ਆ ਕੋਈ ਤੁਹਾਨੂੰ ਕਾਲ ਕੱਢ ਮਾਰੇ। ਨਹੀਂ, ਤੁਸੀਂ ਲਿਖ ਲਓ ਜੀ, ਦੱਸੋ 0341 0341 8408 8403 93 38 93 38। ਹਮੀਦ ਭਾਈ, ਆਫਿਸ ਟਾਈਮ 8 ਵਜੇ ਤੋਂ ਲੈ ਕੇ 8 ਵਜੇ ਤੋਂ ਲੈ ਕੇ 3 ਵਜੇ ਤੱਕ। ਜਿਹੜਾ ਵੀ ਬੰਦਾ, ਜਿਹੜਾ ਵੀ ਦੋਸਤ ਇਹਨਾਂ ਨੂੰ ਕਾਲ ਕਰੇ ਇਸੇ ਟਾਈਮ ਦੇ ਵਿੱਚ ਕਰੇ, ਇਸ ਤੋਂ ਅੱਗੇ ਪਿੱਛੇ ਕੋਈ ਬੰਦਾ ਕਾਲ ਨਾ ਕਰੇ, ਕਾਲ ਅਟੈਂਡ ਨਹੀਂ ਹੋਏਗੀ। ਔਰ ਇਹਨਾਂ ਨੂੰ ਇਹ ਨਾ ਕਹਿਣਾ ਜੀ ਇਹ ਬੰਦਾ ਫੋਨ ਨਹੀਂ ਚੁੱਕਦਾ, ਇਸ ਟਾਈਮ 'ਤੇ ਇਨਸ਼ਾਅੱਲਾ ਫੋਨ ਚੁੱਕ ਕੇ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕਰਨਗੇ, ਇਸ ਤੋਂ ਅੱਗੇ ਪਿੱਛੇ ਫੋਨ ਨਹੀਂ ਸੁਣਿਆ ਜਾਏਗਾ। ਬਹੁਤ ਮਿਹਰਬਾਨੀ ਹਮੀਦ ਭਾਈ, ਬੜੀ ਅੱਛੀ ਮਾਲੂਮਾਤ ਦਿੱਤੀਆਂ, ਥੈਂਕ ਯੂ। ਅਲਤਾਫ ਭਾਈ, ਸਭ ਤੋਂ ਪਹਿਲੇ ਤੁਹਾਡੀ ਮਿਹਰਬਾਨੀ ਜੀ, ਤੁਸੀਂ ਇੱਥੇ ਸਾਨੂੰ ਲੈ ਕੇ ਆਏ ਔਰ ਟਾਈਮ ਦਿੱਤਾ ਜੀ। ਅਸਲਾਮ ਵਾਲੇਕੁਮ। ਅਸਲਾਮ ਵਾਲੇਕੁਮ, ਮਿਹਰਬਾਨੀ। ਹਾਂ ਬੱਚੇ, ਦੁਆਵਾਂ 'ਚ ਯਾਦ ਰੱਖਿਆ ਜੀ, ਸ਼ਾਹਿਦ ਹੁਸੈਨ ਜੋਈਆ, ਅਤੇ ਨਾਰਾ ਲਾਵਾਂਗੇ ਜੀ ਐਂਡ 'ਤੇ, ਪਾਕਿਸਤਾਨ ਜ਼ਿੰਦਾਬਾਦ।